ਦੇਖੋ ਜਿਹੜਾ ਕਿਸਾਨਾਂ ਤੇ ਪਰਚੇ ਕੀਤੇ ਜਾ ਰਹੇ ਪਰਾਲੀ ਨੂੰ ਲੈ ਕੇ, ਉਹ ਅਸਲ ਦੇ ਵਿੱਚ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ, ਕਿਉਂਕਿ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਪਰਾਲੀ ਨੂੰ ਚੱਕਣ ਵਾਸਤੇ ਮੈਂ ਕਿਸਾਨਾਂ ਨੂੰ ਖਰਚਾ ਦਵਾਂਗਾ। ਕਦੇ 2500 ਰੁਪਏ ਦਾ ਐਲਾਨ ਕੀਤਾ, ਕਦੇ 1500 ਦਾ ਐਲਾਨ ਕੀਤਾ। ਮੈਂ ਕਹਿ ਰਿਹਾ ਕਿ ਜਦੋਂ ਤੁਹਾਡੀ ਸਰਕਾਰ ਨੇ ਸੀ, ਤੁਸੀਂ ਆਪ ਅੱਗ ਲਾਉਣ ਜਾਂਦੇ ਸੀ ਪਰਾਲੀ ਨੂੰ ਕਿ ਕਿਸਾਨਾਂ ਨੂੰ ਪੈਸੇ ਨਹੀਂ ਦਿੰਦੇ, ਇਸ ਕਰਕੇ ਅਸੀਂ ਆਪ ਅੱਗ ਲਾਵਾਂਗੇ ਮੂਹਰੇ ਹੋ ਕੇ। ਹੁਣ ਜੇ ਕਿਸਾਨ ਲਾਉਂਦੇ ਫਿਰ ਚੀਕਦੇ ਕਿਉਂ ਹੈ? ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦੇਵੇ ਪਰਾਲੀ ਚੱਕੀ ਇਕੱਠੀ ਕਰਨ ਦਾ ਅਤੇ ਚੱਕਣ ਦਾ, ਫਿਰ ਜੇਕਰ ਕੋਈ ਕਿਸਾਨ ਚੱਕਦਾ ਅੱਗ ਲਾਉਂਦਾ ਫਿਰ ਉਹਦੇ 'ਤੇ ਪਰਚਾ ਕਰਨ। ਇਸ ਤਰ੍ਹਾਂ ਜਿਹੜੇ ਪਰਚੇ ਹੋ ਰਹੇ ਬਿਲਕੁਲ ਗਲਤ ਹੈ, ਇਹ ਕਿਸਾਨਾਂ ਦੇ ਗਲਤ ਪਰਚੇ ਹੋ ਰਹੇ ਹੈ, ਨਾ ਕੋਈ ਪੰਜਾਬ ਦਾ ਫਾਇਦੇ ਦੀ ਗੱਲ ਹੋ ਰਹੀ ਹੈ। ਮਿਹਣੋ ਮਿਹਣੀ ਹਰ ਰੋਜ਼ ਹੁੰਦੇ ਹੈ, ਪੰਜਾਬ ਦੇ ਮੁੱਦਿਆਂ ਦੇ ਨੂੰ ਹੱਲ ਕਰਨ ਦਾ ਕੋਈ ਇਹਨਾਂ ਪਾਸ ਨਾ ਇਹ ਸੁਝਾਅ ਦਿੰਦੇ ਆ, ਨਾ ਕੋਈ ਹੱਲ ਕਰਦੇ ਆ, ਨਾ ਹੀ ਇਹਨਾਂ ਕੋਲ ਹੱਲ ਹੈ, ਨਾ ਹੀ ਇਹਨਾਂ ਪਾਸ ਉਸ ਲੈਵਲ ਦੀ ਸਮਝ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰ ਸਕ। ਵਿਧਾਨ ਦੇ ਤਹਿਤ ਅਸੀਂ ਕੰਮ ਕਰਦੇ ਹਾਂ, ਵਿਧਾਨ ਦੀ ਸਹੁੰ ਚੱਕ ਕੇ ਅਸੀਂ ਮੰਤਰੀ ਜਾਂ ਮੁੱਖ ਮੰਤਰੀ ਬਣਦੇ ਹਾਂ ਜਾਂ ਗਵਰਨਰ ਬਣਦੇ ਹਾਂ। ਸੋ ਸਾਨੂੰ ਵਿਧਾਨ ਦੇ ਵਿੱਚ ਰਹਿਣਾ ਜ਼ਰੂਰੀ ਹੈ। ਮੁੱਖ ਮੰਤਰੀ ਅਤੇ ਕੈਬਨਿਟ ਨੂੰ ਵੀ ਚਾਹੀਦਾ ਹੈ ਕਿ ਵਿਧਾਨਕ ਜੋ ਗਵਰਨਰ ਦਾ ਹੱਕ ਬਣਦਾ ਹੈ, ਉਹਨਾਂ ਤੋਂ ਜੇ ਪਰਮਿਸ਼ਨ ਲੈਣੀ ਬਣਦੀ ਹੈ ਤਾਂ ਲੈਣੀ ਚਾਹੀਦੀ ਹੈ। ਅਤੇ ਗਵਰਨਰ ਸਾਹਿਬ ਨੂੰ ਵੀ ਉਸੇ ਰਿਸਪੋਂਸ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆ ਉਹ ਨਾਲ ਦੀ ਨਾਲ ਕਰ ਦੇਣੇ ਚਾਹੀਦੇ ਆ। ਕਿੱਟ ਦੀ ਤਰ੍ਹਾਂ ਇੱਕ ਡਰਾਮੇ ਦੀ ਤਰ੍ਹਾਂ ਕੰਮ ਚੱਲ ਰਿਹਾ ਹੈ, ਇੱਕ ਸਟੇਜ ਪਰਫੋਰਮੈਂਸ ਦਿੰਦੇ ਆ, ਆਪਣੇ ਘਰ ਚਲੇ ਜਾਂਦੇ ਆ, ਨਾ ਕੋਈ ਪੰਜਾਬ ਦਾ ਫਾਇਦੇ ਦੀ ਗੱਲ ਹੋ ਰਹੀ ਹੈ। ਮਿਹਣੋ ਮਿਹਣੀ ਹਰ ਰੋਜ਼ ਹੁੰਦੇ ਆ, ਪੰਜਾਬ ਦੇ ਮੁੱਦਿਆਂ ਦੇ ਨੂੰ ਹੱਲ ਕਰਨ ਦਾ ਕੋਈ ਇਹਨਾਂ ਪਾਸ ਨਾ ਇਹ ਸੁਝਾਅ ਦਿੰਦੇ ਆ, ਨਾ ਕੋਈ ਹੱਲ ਕਰਦੇ ਆ, ਨਾ ਹੀ ਇਹਨਾਂ ਕੋਲ ਹੱਲ ਹੈ, ਨਾ ਹੀ ਇਹਨਾਂ ਪਾਸ ਉਸ ਲੈਵਲ ਦੀ ਸਮਝ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰ ਸਕੇ। ਦੇਖੋ ਜਿਹੜਾ ਕਿਸਾਨਾਂ ਤੇ ਪਰਚੇ ਕੀਤੇ ਜਾ ਰਹੇ ਪਰਾਲੀ ਨੂੰ ਲੈ ਕੇ, ਉਹ ਅਸਲ ਦੇ ਵਿੱਚ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ, ਕਿਉਂਕਿ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਪਰਾਲੀ ਨੂੰ ਚੱਕਣ ਵਾਸਤੇ ਮੈਂ ਕਿਸਾਨਾਂ ਨੂੰ ਖਰਚਾ ਦਵਾਂਗਾ। ਕਦੇ 2500 ਰੁਪਏ ਦਾ ਐਲਾਨ ਕੀਤਾ, ਕਦੇ 1500 ਦਾ ਐਲਾਨ ਕੀਤਾ। ਮੈਂ ਕਹਿ ਰਿਹਾ ਕਿ ਜਦੋਂ ਤੁਹਾਡੀ ਸਰਕਾਰ ਨੇ ਸੀ, ਤੁਸੀਂ ਆਪ ਅੱਗ ਲਾਉਣ ਜਾਂਦੇ ਸੀ ਪਰਾਲੀ ਨੂੰ ਕਿ ਕਿਸਾਨਾਂ ਨੂੰ ਪੈਸੇ ਨਹੀਂ ਦਿੰਦੇ, ਇਸ ਕਰਕੇ ਅਸੀਂ ਆਪ ਅੱਗ ਲਾਵਾਂਗੇ ਮੂਹਰੇ ਹੋ ਕੇ। ਹੁਣ ਜੇ ਕਿਸਾਨ ਲਾਉਂਦੇ ਫਿਰ ਚੀਕਦੇ ਕਿਉਂ ਹੈ? ਇਹਨਾਂ ਨੂੰ ਚਾਹੀਦਾ ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦੇਵੇ ਪਰਾਲੀ ਚੱਕੀ ਇਕੱਠੀ ਕਰਨ ਦਾ ਅਤੇ ਚੱਕਣ ਦਾ, ਫਿਰ ਜੇਕਰ ਕੋਈ ਕਿਸਾਨ ਚੱਕਦਾ ਅੱਗ ਲਾਉਂਦਾ ਫਿਰ ਉਹਦੇ 'ਤੇ ਪਰਚਾ ਕਰਨ। ਇਸ ਤਰ੍ਹਾਂ ਜਿਹੜੇ ਪਰਚੇ ਹੋ ਰਹੇ ਬਿਲਕੁਲ ਗਲਤ ਹੈ, ਇਹ ਕਿਸਾਨਾਂ ਦੇ ਗਲਤ ਪਰਚੇ ਹੋ ਰਹੇ ਹੈ, ਕਿਸਾਨਾਂ ਨੂੰ ਬਿਨਾਂ ਮਤਲਬ 'ਤੇ ਹਰਾਸ ਕੀਤਾ ਜਾ ਰਿਹਾ ਅਤੇ ਦਬਾਇਆ ਜਾ ਰਿਹਾ।